ਫਿਲਮ ਦੇ ਉੱਤੇ ਗੱਲ ਚੱਲਦੀ ਪਈ ਹੈ ਜੀ, ਜਨਾਬ ਖਰਲ ਸਾਹਿਬ ਫਰਮਾ ਗਏ ਨੇ, ਐਸਨ ਭਾਈ ਫਰਮਾ ਗਏ ਨੇ, ਤਾਜੁਲ ਖਾਨ ਸਾਹਿਬ ਫਰਮਾ ਗਏ ਨੇ, ਫਿਲਮ ਆਖਣ ਬੜਾ ਆਸਾਨ ਹੈ, ਫਿਲਮ ਕੋ ਜੋੜਨ ਬਣਾਵਣ ਬੜਾ ਮੁਸ਼ਕਿਲ ਹੈ। ਮੈਂ ਸਮਝਦਾ ਜਿਹੜੇ ਲੋਕ ਸਿਰਫ ਗਾਲੀ ਕਰ ਸਕਦੇ ਨੇ ਉਹ ਲੋਕ ਗਾਲੀ ਹੀ ਕਰ ਸਕਦੇ ਨੇ। ਮੈਂ ਆਖਦਾ ਕਿ ਉਹ ਲੋਕ ਸਾਰਿਆਂ ਨਾਲ ਰਲ ਤੇ ਇੱਕ ਫਿਲਮ ਬਣਾ ਦੇਖਣ, ਸਿਰਫ ਇੱਕ ਫਿਲਮ ਦੇ ਉੱਤੇ ਕਿਤਨਾ ਟਾਈਮ ਲੱਗਦੇ, ਕਿਤਨੀ ਮਿਹਨਤ ਹੁੰਦੀ ਹੈ, ਬਲ ਬਲ ਤੇ ਫਿਲਮ ਹੁੰਦੀ ਹੈ। ਕਿਤਨੀ ਮਿਹਨਤ, ਨਾ ਛਾਂ ਦੇਖ ਦੂ, ਨਾ ਧੁੱਪ ਦੇਖ ਦੂ, ਨਾ ਸਰਦੀ ਦੇਖ ਦੂ, ਅਸਾਂ ਜੂਨ ਫਿਲਮ ਬਣਾਈ ਸੀ, ਉਹ ਜਿਵੇਂ ਕਾਹੜ ਦੇ ਸਰਦਿਆਂ ਅਸਾਂ ਹੁੰਦੇ ਦੀ ਫਿਲਮਾਂ ਬਣਾਏ ਸੀ, ਸਿਰਫ ਤੁਹਾਡੀ ਖਾਤਰ ਬਣੇ ਦੂ ਨਾ, ਵਰਨਾ ਜਿਹੜੇ ਸਰਾਇਕੀ ਜ਼ਬਾਨ ਦੇ ਹਾਲਾਤ ਹੈ, ਸਰਾਇਕੀ ਲੋਕ ਸਾਡੀਆਂ ਫਿਲਮਾਂ ਜਿਹੜਾ ਕੁਝ ਦੇਖਦੇ ਪਏ, ਜੋ ਕੁਝ ਅਸਾਂ ਜਨਾਬ ਚਾਹਦੀ ਪੈਂਦੂ, ਉਹ ਸਾਰੇ ਅਸਾਂ ਕੋਲ ਦੇਖਦੇ ਵਧੇ ਨੇ। ਅਸਾਂ ਜਿੱਥਾਂ ਖੜਿਆ ਸੀ ਅੱਜ ਵੀ ਉੱਠੀ ਕੇ ਖੜੂ ਛੇ ਮਾਲੀ ਤੌਰ 'ਤੇ, ਮਤਾ ਕੋ ਸਾਰੇ ਕਹਿੰਦੇ ਗਾਰਡ ਹੁਸੈਨ, ਲੋਕ ਇਹੋ ਵੀ ਸਮਝਦੇ ਨੇ, ਬਾਹਰ ਦੇ ਲੋਕ ਸਮਝਦੇ ਨੇ ਇਹਨਾਂ ਤਰ੍ਹਾਂ ਗਾਰਡ ਹੁਸੈਨ, ਇਹਨਾਂ ਕਹਿੰਦੇ ਗਾੜੀਆਂ ਹੁਸੈਨ, ਇਤਨਾ ਪੈਸਾ ਕਮਾਉਂਦੇ ਵਧੇ ਨੇ। ਅਸਾਂ ਸਿਰਫ ਉਹ ਸਿਰਫ ਜ਼ਬਾਨ ਦੀ ਖਾਤਰ ਕੰਮ ਕਰਦੇ ਵਧੂ, ਅਸਾਂ ਜ਼ਬਾਨ ਕਮਾਉਂਦੇ ਵਧੂ, ਅਸਾਂ ਕੋਲ ਵੀ ਰਹੇ ਜ਼ਬਾਨ ਦੇ ਵਿੱਚ ਕੰਮ ਵੀ ਮਿਲਦੇ, ਪੈਸਾ ਵੀ ਮਿਲਦੇ, ਲੇਕਿਨ ਅਸਾਂ ਉਦੋਂ ਨਹੀਂ, ਅਸਾਂ ਕੰਮ ਕਰੇ ਸੂੰ ਆਪਣੀ ਜ਼ਬਾਨ 'ਚ ਕਰੇ ਸੂੰ, ਭਾਵੇਂ ਅਸਾਂ ਕੋਲ ਰੁਪਿਆ ਨਾ ਮਿਲੇ। ਜ਼ਹੂਰ ਸਾਹਿਬ ਦੀਆਂ ਮੁਹੱਬਤਾਂ, ਆਸੇ ਭਾਈ ਦਾ ਪਿਆਰ ਹੈ, ਇਹ ਸਾਰੇ ਨਾਲ ਖੜੇ ਨੇ, ਬਾਕੀ ਬਹੁਤ ਹੀ ਸਾਰੇ ਨਾਲ ਖੜੇ ਨੇ ਸਾਰੇ, ਕਿਉਂਕਿ ਤੁਸਾਂ ਲੋਕ ਸਾਡੀਆਂ ਫਿਲਮਾਂ ਦੇਖਦੇ ਵੀ ਪਸੰਦ ਕਰਦੇ ਵੀ, ਤਾਂ ਅਸਾਂ ਇਹ ਕੰਮ ਕਰੇ ਨੂੰ, ਵਰਨਾ ਅਸਾਂ ਕਹਿੰਦੇ ਕਿਤੇ ਬਣੂ, ਅਸਾਂ ਆਪ ਕਹਿੰਦੇ ਦੇਖਦੇ ਘਰ ਬਹਿ ਬੈਠਦੇ ਇੱਕ ਫਿਲਮ ਬਲਾ ਬਲਾ ਦੇਖੋ ਬੈਠੇ। ਸਾਡੀ ਫਿਲਮ ਖੋਟੇ ਸਿੱਕੇ ਟੂ ਹੈ, ਖੋਟੇ ਸਿੱਕੇ ਵਨ ਹੈ, ਕੋਈ ਵੀ ਫਿਲਮ ਹੈ, ਅਸਲ ਹਰ ਗੱਲ ਦੇ ਟੂ ਟੂ ਤਰ੍ਹਾਂ ਮਾਈਨੇ ਨੇ,